ਮੁਹੰਮਦ ਬਿਲ ਕਿਆ ਲੈ ਕੇ ਬੈਠੇ ਹੋ ਬਈ, ਕਿਆ ਇਸਮੇ ਅੰਦਰ? ਓਏ ਇਹ ਤਾਂ ਉਸਨੇ ਆਪਣੇ ਸ਼ੂਜ਼ ਇਕੱਠੇ ਕੀਤੇ ਹੋਏ ਸਾਰੇ, ਉਹ ਦੇਖੋ ਸ਼ੂਜ਼ ਕਲੈਕਸ਼ਨ। ਹਾਂਜੀ ਆਪਣੀ ਸ਼ੂਜ਼ ਕਲੈਕਸ਼ਨ ਦਿਖਾ ਰਿਹਾ ਆਪ ਲੋਕ ਕੋ। ਇਹ ਹੋਰ ਤਾਂ ਇਸਕੋ ਛੋਟੇ ਗਏ ਲੇਕਿਨ ਇਸਨੇ ਰੱਖੇ ਹੋਏ, ਇਹ ਅੱਜ ਬੋਕਸ ਨਿਕਲ ਆਇਆ। ਚਲੋ ਜੀ ਦਿਖਾਓ, ਸਭ ਲੋਕ ਆਪਣੇ ਸ਼ੂਜ਼ ਕਲੈਕਸ਼ਨ ਦਿਖਾਤੇ ਹਨ। ਮੁਹੰਮਦ ਬੀਰ ਵੀ ਆਪ ਲੋਕ ਆਪਣੇ ਸ਼ੂਜ਼ ਕਲੈਕਸ਼ਨ ਦਿਖਾ ਰਹੇ। ਹਾਂਜੀ ਦਿਖਾਓ ਦਿਖਾਓ ਦਿਖਾਓ, ਸ਼ਾਬਾਸ਼ ਦਿਖਾਓ। ਹਾਂ ਰੱਖੋ, ਹਾਂ ਦਿਖਾਓ। ਇਹ ਦੇਖੇ ਜੀ ਮੁਹੰਮਦ ਬੀਰ ਕੀ ਸ਼ੂਜ਼ ਸੈਂਡਲ ਸੀ ਬਣੀ ਹੋਈ ਹੈ ਨਾ, ਜੀ ਇਸਨੇ ਪਹਿਨੀ ਥੀ ਇੱਕ ਦੋ ਦਫਾ ਹੀ, ਔਰ ਫਿਰ ਇਸਕੋ ਛੋਟੀ ਹੋ ਗਈ। ਨਹੀਂ ਇੱਕ ਦਫਾ ਵੀ ਨਹੀਂ ਪਹਿਨੀ ਜੀ, ਇੱਕ ਦਫਾ ਵੀ ਨਹੀਂ ਪਹਿਨੀ। ਅੱਛਾ ਖੁਸਾ ਪਹਿਨਾ ਤੁਸੀਂ ਕਿਸਾ, ਖੈਰ ਉਸਕੋ ਖੁਦ ਹੀ ਰੱਖਣੇ ਦੋ ਨਾ, ਉਸਕੋ ਖੁਦ ਹੀ ਰੱਖਣਾ। ਰੱਖੋ ਮੇਰਾ ਬੇਟਾ ਸ਼ਾਬਾਸ਼, ਰੱਖੋ ਰੱਖੋ। ਦਿਖਾਓ ਇਹ ਵੀ, ਇਹ ਵੀ ਇੱਕ ਦਫਾ ਪਹਿਨੀ, ਉਸਕੋ ਦਿਖਾਣੇ ਦੋ ਨਾ ਖੁਦ ਹੀ। ਚਲੋ ਖੁਦ ਹੀ ਦਿਖਾਓ ਆਪਣੀ, ਦਿਖਾਓ ਇੱਕ ਜੈਸੇ ਰੱਖੋ ਨਾ ਬੇਟਾ, ਇੱਕ ਜੈਸੇ ਰੱਖੋ, ਇੱਕ ਜੈਸੇ ਰੱਖੋ। ਇਸਕੋ ਇਸਕੇ ਸਾਥ ਰੱਖੋ, ਇਸਕੇ ਸਾਥ ਐਸੇ ਰੱਖੋ, ਹਾਂ ਐਸੇ। ਔਰ ਇਸਕੋ ਇਸਕੇ ਸਾਥ ਰੱਖੋ, ਇਸਕੇ ਸਾਥ ਵਾਲਾ ਕਹਾਂ, ਇਸਕੇ ਸਾਥ ਵਾਲਾ ਖੁਸਾ ਕਿੱਧਰ? ਆਪਕੇ ਹਾਥ ਮੇ, ਆਪਕੇ ਹਾਥ ਮੇ ਇੱਧਰ। ਹਾਂ ਜੀ ਇਸਕੇ ਸਾਥ ਰੱਖੋ, ਸ਼ਾਬਾਸ਼। ਹਾਂ ਜੀ ਆਪਕੇ ਸ਼ਾਬਾਸ਼ ਸ਼ਾਬਾਸ਼। ਹਾਂ ਇਸਕੋ ਵੀ ਰੱਖੋ ਰੱਖੋ ਰੱਖੋ, ਯਹਾਂ ਪੇ ਰੱਖੋ ਯਹਾਂ ਪੇ ਰੱਖੋ। ਚਲੋ ਚਲੇ ਜੀ, ਜੇ ਮੁਹੰਮਦ ਵੀਰ ਕੀ ਸ਼ੂਜ਼ ਕਲੈਕਸ਼ਨ ਦੇਖ ਲਿਆ, ਮੁਹੰਮਦ ਵੀਰ ਖੁਦ ਵੀ ਦੇਖ ਰਿਹਾ ਕੈਮਰੇ ਮੈਂ ਕਿ ਮੇਰੇ ਸ਼ੂਜ਼ ਕਲੈਕਸ਼ਨ ਕੈਸੀ ਲੱਗ ਰਹੀ। ਹਾਂ ਦਿਖਾਓ ਇੱਧਰ ਕੈਮਰੇ ਕੇ ਆ ਕੇ ਕਰਕੇ ਦਿਖਾਓ। ਹਾਂ ਇਧਰ ਨਹੀਂ ਨੀਚੇ, ਯਹਾਂ ਕਰਕੇ ਦਿਖਾਓ, ਯਹਾਂ ਸੇ ਦਿਖਾਓ, ਐਸੇ ਦਿਖਾਓ ਨਾ। ਇਹ ਦੇਖੇ ਜੀ, ਇਹ ਕਿ ਮੁਹੰਮਦ ਵੀਰ ਕੀ ਜੀ ਜੀ ਇਸਨੇ ਪਹਿਨੇ ਹੋਏ ਥੇ ਜੀ, ਕਬ ਪਹਿਨੇ ਥੇ? ਜਾਂ ਭੀ ਨਾ ਕਿ ਸ਼ਾਦੀ ਪੇ ਇਸਨੇ ਪਹਿਨੇ ਹੋਏ ਥੇ ਨਾ, ਔਰ ਜੇ ਵੀ ਉਸਕੀ ਸ਼ਾਦੀ ਪੇ ਇਸਨੇ ਪਹਿਨੇ ਥੇ, ਔਰ ਜੇ ਤਾਂ ਬਹੁਤ ਪੁਰਾਣੇ ਜਬ ਛੋਟਾ ਸਾ ਥਾ ਤਬ ਕੀ ਹੈ, ਔਰ ਜੇ ਲੀਏ ਥੇ ਲੇਕਿਨ ਜੀ ਇਸਨੇ ਅਭੀ ਪਹਿਨੇ ਹੀ ਨਹੀਂ ਥੇ, ਉਸਕੋ ਪਹਿਲੇ ਛੋਟੇ ਹੋ ਗਏ ਥੇ। ਜੇ ਵੀ ਦਿਖਾਓ ਪਹਿਲੇ, ਜੇ ਦਿਖਾਓ, ਜੇ ਵੀ ਬਹੁਤ ਛੋਟਾ ਖੁਸਾ ਥਾ, ਇਸਨੇ ਬਹੁਤ ਕਮ ਕਮ ਪਹਿਨਾ ਹੋਇਆ, ਇਹ ਤਾਂ ਉਸਕੋ ਬਹੁਤ ਪਿਆਰਾ ਖੁਸਾ, ਇਹ ਹਮ ਲੋਗੋਂ ਨੇ ਲਿਬਰਟੀ ਸੇ ਲਿਆ ਥਾ ਖੁਸਾ ਪਲੈਨਟ ਸੇ, ਔਰ ਬਹੁਤ ਅੱਛਾ ਹੈ ਅਭੀ ਇਸਨੇ, ਇਹ ਬਹੁਤ ਕਮ ਹੀ ਪਹਿਨਾ ਥਾ, ਇਸਕੋ ਛੋਟਾ ਹੋ ਗਿਆ, ਇਹ ਅਭੀ ਰੱਖਾ ਹੋਇਆ ਇਸ ਲਈ, ਕਿਸੇ ਹੋਰ ਛੋਟੇ ਬੱਚੇ ਕੋ ਦੇ ਦੇਂਗੇ ਕਿਸੀ ਕੇ ਕਾਮ ਆ ਜਾਏਗਾ। ਔਰ ਜੇ ਵਾਲੀ ਮੁਹੰਮਦ ਬੀਰ ਜੀ ਦਿਖਾਓ, ਯੇ ਮੁਹੰਮਦ ਬੀਰ ਲੈ ਕੇ ਆਇਆ ਥਾ ਈਦ ਪਰ ਪਹਿਨਣੇ ਕੇ ਲੀਏ, ਜੇ ਆਪ ਲੋਗੋਂ ਨੇ ਈਦ ਕੀ ਵੀਡੀਓ ਮੇਂ ਮੁਹੰਮਦ ਬੀਰ ਕੀ ਯੇ ਜੁੱਤੀ ਦੇਖੀ ਹੋਗੀ, ਠੀਕ ਹੈ। ਔਰ ਜੇ ਮੁਹੰਮਦ ਬੀਰ ਕੇ ਅੱਬੂ ਉਸਕੇ ਲੀਏ ਦੁਬਈ ਸੇ ਲੈ ਕੇ ਆਇਆ ਥੇ, ਜੇ ਵੋ ਪਹਿਨਤਾ ਹੈ। ਚਲੋ ਜੀ ਐਸੇ ਕਰਕੇ ਰੱਖੋ, ਜੇ ਆਪ ਲੋਗੋਂ ਨੇ ਦੇਖ ਲਿਆ ਮੁਹੰਮਦ ਬੀਰ ਕੀ ਸ਼ੂਜ਼ ਕਲੈਕਸ਼ਨ, ਇਹ ਤਾਂ ਬਹੁਤ ਪਿਆਰੇ ਹੈ, ਇਹ ਦੇਖੇ ਇੱਕ ਮੁਹੰਮਦ ਬੀਰ ਕੀ ਯੇ ਸੈਂਡਲ ਹੈ ਗਰਮੀ ਮੇਂ ਪਹਿਨਣੇ ਵਾਲੀ, ਇਹ ਵੀ ਛੋਟੀ ਹੋ ਗਈ, ਜਿਸ ਨੇ ਕਮ ਕਮ ਹੀ ਪਹਿਨੇ ਥੇ, ਸਾਥ ਮੇਂ ਇਸਕੇ ਛੋਟੇ ਵੀ ਹੋ ਗਏ, ਜੋ ਜਹਾਂ ਸੇ ਨਾ ਯੇ ਚੀਜ਼ ਜੇ ਤੰਗ ਹੋਤੀ ਹੈ ਤੋ ਇਸਕੋ ਜਹਾਂ ਸੇ ਆਗੇ ਪਾਉਣ ਨਹੀਂ ਜਾਤਾ। ਜਬ ਮੁਹੰਮਦ ਬੀਰ ਨੇ ਚਲਣਾ ਸਟਾਰਟ ਕੀਆ ਥਾ, ਸਭਸੇ ਪਹਿਲੇ ਇਸਕੀ ਯੇ ਵਾਲੀ ਚੱਪਲ ਹਮ ਲੋਗ ਲੈ ਕੇ ਆਏ ਥੇ, ਤਬ ਇਸਕੋ ਕਾਫੀ ਬੜੀ ਥੀ, ਫਿਰ ਵੀ ਯੇ ਪਹਿਨ ਲੇਤਾ ਥਾ, ਇਹ ਬਹੁਤ ਜ਼ਿਆਦਾ ਸੋਫਟ ਹੈ, ਇਹ ਮੁਹੰਮਦ ਬੀਰ ਕੋ ਬਹੁਤ ਜ਼ਿਆਦਾ ਪਸੰਦ ਥੀ। ਉਹ ਮੁਹੰਮਦ ਬੀਰ ਅਭੀ ਵੀ ਸ਼ੂਜ਼ ਉਹ ਚੱਪਲ ਪਾਉ ਮੈਂ ਪਹਿਨ ਕੇ ਦੇਖ ਰਿਹਾ, ਪਹਿਨੋ ਪਹਿਨੋ ਪੂਰੀ ਆ ਰਹੀ ਕਿ ਨਹੀਂ ਆ ਰਹੀ, ਪਹਿਨ ਕੇ ਦੇਖੋ ਬੇਟਾ, ਪਹਿਨ ਕੇ ਦੇਖੋ ਪਾਉ ਮੈਂ ਪਹਿਨ, ਅਭੀ ਨਹੀਂ ਉਹ ਜੇ ਦਿਖਾਓ। ਅਰੇ ਦਿਖਾਓ
ये मोहम्मद बिल ने चलना स्टार्ट किया था, सबसे पहले इसके ये वाले शूज़ आए। नहीं भी चलना स्टार्ट किया, अभी चलना स्टार्ट नहीं किया था, पहली सर्दियों में शूज। कितने छोटे से हैं, सर्विस वालों से लिए? नहीं। चलो जी, ये मोहम्मद बिल की शूज़ कलेक्शन, सब लोग अपनी शूज़ कलेक्शन दिखाते हैं, आज मोहम्मद बिल ने भी आपको अपनी शूज़ कलेक्शन दिखा दी। ये भी कितने सॉफ्ट से हैं। चलो बेटा रख दो अब, चलो ऐसे तो कर दे, थंबनेल बस जो बन जाएगा जो कुछ से पेन चीज़ा पेन जाएगा ना। इंजे रख दे जिस तरह रखे ना, कुछ नहीं था लाट आई ना दे, पीछे पीछे हो जाए, पीछे हो जाए सारे। दिखाओ यहाँ पे कैमरे पे करके दिखाओ, हाँ ऐसे पकड़ के दिखाओ, ऐसे करके दिखाओ, इधर दिखाओ ऐसे ऐसे। चलें जी, ये आपकी, ये हमारी आज छोटी सी वीडियो बन गई है मोहम्मद बिल की, इसको आपने लाइक शेयर और सब्सक्राइब करना है। मोहम्मद बिल के शूज उठाए, उसको गुस्सा आ गया, क्यों उठाया? चलो मोहम्मद बिल बोलो, लाइक शेयर और सब्सक्राइब करें हमारे चैनल को, मोहम्मद बिल आपको खुद ही बताएगा। चलो इस बॉक्स में डालो, डालो इस बॉक्स में, डालो डालो इसमें शूज, डालो सारे उठा के। अब उसका मूड नहीं कर रहा, ये उसे उठा के बैठ दिया, कह रहा नहीं है मेरे शूज सामने लेके बैठे रहना है। ये पहनो पाँव में, पाँव में पहनो, पहनो चलो जी बोलो, हमारे चैनल को लाइक शेयर और सब्सक्राइब करें अगर आपको हमारी वीडियो अच्छी लगती है तो, और अपना ख्याल रखें। अल्लाह हाफिज़।